ਸਿੱਖਾਂ ਦੇ ਨਾਲ ਕੋਈ ਨਿਆਂ ਨਹੀਂ ਹੈਗਾ ਜੀ, ਇਹ ਗਲਤ ਹੈ। ਬੰਦੇ ਸੀ ਕਹਿੰਦਾ ਉਹਨਾਂ ਨੂੰ ਨਹੀਂ ਮਿਲਣੀ ਚਾਹੀਦੀ ਬਲਾਤਕਾਰੀ ਬਾਬੇ, ਉਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਹੈ। ਜਿਹੜੇ ਸਾਡੇ ਬੰਦੀ ਸਿੰਘ ਇਹ ਆਪਣੀ ਕੌਮ ਸਿੱਖ ਵਾਸਤੇ ਲੜਦੇ ਆ, ਇਹਨਾਂ ਨੂੰ ਰਿਹਾ ਹੋਣਾ ਚਾਹੀਦਾ ਵਾ, ਅਸੀਂ ਇਹਨਾਂ ਦੇ ਪੱਖ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਪੋਹ ਦੇ ਦਿਨ ਚੱਲ ਰਹੇ ਨੇ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ, ਧੰਨ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਹੜਾ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਵੱਡੀ ਗਿਣਤੀ 'ਚ ਸੰਗਤ ਹੈ ਜਿਹੜੀ ਉਹ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ। ਸਾਹਿਬਜ਼ਾਦੇ ਜਿਨ੍ਹਾਂ ਨੇ ਅਨਿਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਸ਼ਹੀਦੀ ਪ੍ਰਾਪਤ ਕਰਨਾ ਸੀ ਜਿਹੜਾ ਉਹ ਮਕਬੂਲ ਕੀਤਾ, ਪਰ ਉਸ ਜਿਹੜਾ ਜ਼ਾਲਮ ਵਜ਼ੀਰ ਖਾਂ ਸੀ ਉਸ ਦੀ ਇਨ ਨਹੀਂ ਮੰਨੀ ਅਤੇ ਅੱਜ ਵੀ ਇੱਕ ਉਸੇ ਤਰੀਕੇ ਭਾਰਤੀ ਹਕੂਮਤ ਦੇ ਵੱਲੋਂ ਸਿੱਖਾਂ 'ਤੇ ਤਸ਼ੱਦਦ ਢਾਇਆ ਜਾ ਰਿਹਾ। ਬੰਦੀ ਸਿੰਘ ਨੇ ਸਾਡੇ ਰਿਹਾਅ ਨਹੀਂ ਕੀਤੇ ਜਾ ਰਹੇ। ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ, ਦਸਤਖਤੀ ਮੁਹਿੰਮ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਉਹ ਬੜੇ ਵੱਡੇ ਪੱਧਰ 'ਤੇ ਚੱਲ ਰਹੀ ਹੈ। ਅੱਜ ਜਦੋਂ ਅਸੀਂ ਸਭਾ ਮਨਾ ਰਹੇ ਹਾਂ, ਇੱਥੇ ਵੱਡੀ ਗਿਣਤੀ ਸੰਗਤ ਪਹੁੰਚ ਰਹੀ ਹੈ, ਤਾਂ ਫਤਿਹਗੜ੍ਹ ਸਾਹਿਬ ਵਿਖੇ ਪਰਫੋਰਮੇ ਆ ਜਿਹੜੇ ਕਰਵਾਏ ਜਾ ਰਹੇ ਨੇ। ਸਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਜੀ, ਅੱਜ ਸਭਾ ਦੇ ਮੌਕੇ 'ਤੇ ਵੱਡੀ ਗਿਣਤੀ ਸੰਗਤ ਇੱਥੇ ਪਹੁੰਚ ਰਹੀ ਹੈ ਅਤੇ ਦਸਤਖਤੀ ਮੁਹਿੰਮ ਹੈ ਜਿਹੜੀ ਚੱਲ ਰਹੀ ਹੈ, ਇੱਕ ਤਰੀਕੇ ਭਾਰਤੀ ਹਕੂਮਤ ਦੇ ਵੱਲੋਂ ਜਿਹੜਾ ਉਹ ਤਸ਼ੱਦਦ ਢਾਇਆ ਗਿਆ ਸੀਗਾ ਉਹਨਾਂ ਦੀ ਆਵਾਜ਼, ਉਸ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੇ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸ਼੍ਰੋਮਣੀ ਕਮੇਟੀ ਅੱਗੇ ਆਈ ਹੈ ਅਤੇ ਉਹਨਾਂ ਦੀ ਰਿਹਾਈ ਲਈ ਇਹ ਕੀਤਾ ਜਾ ਰਿਹਾ, ਕੀ ਕਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰੇਕ ਸਾਲ ਦੀ ਤਰ੍ਹਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਸਾਦਾਤ ਨੂੰ ਯਾਦ ਕਰਦੇ ਹਾਂ। ਸੰਗਤਾਂ ਇਸ ਵਾਰ ਇੱਕ ਹਫ਼ਤਾ ਪਹਿਲਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੂੰ ਸ਼ਰਧਾ ਦੇ ਸਤਿਕਾਰ ਭੇਟ ਕਰਨ ਲਈ ਪਹੁੰਚ ਰਹੀਆਂ ਨੇ ਔਰ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਕੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ, ਉਹਦੇ ਵਿੱਚ ਵੀ ਸੰਗਤਾਂ ਬੜਾ ਸਹਿਯੋਗ ਕਰ ਰਹੀਆਂ ਨੇ ਕਿਉਂਕਿ 26, 27, 28 ਨੂੰ ਜਿਹੜੇ 3 ਦਿਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਇਹਨਾਂ ਨੂੰ ਸ਼ਰਧਾ ਦੇ ਸਤਿਕਾਰ ਭੇਟ ਲਈ ਸੰਗਤਾਂ ਪਹੁੰਚ ਰਹੀਆਂ ਨੇ ਔਰ ਮੈਂ ਸੰਗਤਾਂ ਨੂੰ ਅਪੀਲ ਕਰਦਾ ਕਿ ਆਓ, ਜਿੱਥੇ ਆਪਾਂ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ ਸ਼ਰਧਾ ਦੇ ਸਤਿਕਾਰ ਭੇਟ ਕਰਨਾ ਹੈ, ਉੱਥੇ ਆਪਾਂ ਬੰਦੀ ਸਿੰਘਾਂ ਦੇ ਲਈ ਵੀ ਦਸਤਖਤ ਮੁਹਿੰਮਾਂ ਦੇ ਵਿੱਚ ਆਪਣਾ ਹਿੱਸਾ ਲਈਏ ਤਾਂ ਕਿ ਅਸੀਂ ਉਸ ਅੰਨੀ ਬੋਲੀ ਸਰਕਾਰ ਹੈ ਜਿਹੜੀ ਸੈਂਟਰ ਦੀ, ਉਹਦੇ ਕੰਨ ਖੋਲ੍ਹ ਕੇ ਔਰ ਉਹਨਾਂ ਨੂੰ ਆਪਾਂ ਇਹ ਦੱਸ ਦਈਏ ਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਬੰਦੀ ਸਿੱਖਾਂ ਦੇ ਨਾਲ ਨੇ ਔਰ ਇਹ ਦਸਤਖਤੀ ਮੁਹਿੰਮਾਂ ਦੇ ਵਿੱਚ ਹਿੱਸਾ ਲਓ। ਪ੍ਰਧਾਨ ਜੀ, ਅੱਜ ਆਪਾਂ ਸਭਾ ਦੇ ਮੌਕੇ 'ਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਅਨਿਆਂ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਸੀ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਮਾਤਾ ਗੁਜਰ ਕੌਰ ਜੀ। ਅਤੇ ਉਸੇ ਤਰੀਕੇ ਉਸ ਸਮੇਂ ਵੀ ਸਿੱਖਾਂ ਦੇ ਉੱਪਰ ਤਸ਼ੱਦਦ ਢਾਇਆ ਜਾ ਰਿਹਾ ਸੀ, ਅੱਜ ਵੀ ਤਸ਼ੱਦਦ ਹੈ ਜਿਹੜਾ ਸਿੱਖ ਕੌਮ ਦੇ ਉੱਪਰ ਢਾਇਆ ਜਾ ਰਿਹਾ ਭਾਰਤੀ ਹਕੂਮਤ ਦੇ ਵੱਲੋਂ ਬੰਦੀ ਸਿੰਘਾਂ ਨੂੰ ਨਾ ਰਿਹਾਅ ਕਰਕੇ, ਕਿਸ ਤਰੀਕੇ ਦੇਖਦੇ ਹੋ? ਕਿਉਂਕਿ ਉਸ ਸਮੇਂ ਵੀ ਉਹੀ ਹਾਲਾਤ ਸੀ, ਅੱਜ ਵੀ ਉਹੋ ਜਿਹੇ ਹਾਲਾਤ ਸਿੱਖਾਂ ਦੇ ਲਈ ਬਣਾਏ ਜਾ ਰਹੇ ਨੇ। ਕਿਉਂਕਿ ਸਿੱਖਾਂ ਨਾਲ ਹਮੇਸ਼ਾ ਧੱਕਾ ਹੁੰਦਾ ਆ ਰਿਹਾ, ਜਦੋਂ ਵੀ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਕੋਈ ਵੀ ਗੱਲ ਹੁੰਦੀ ਹੈ ਤਾਂ ਸਿੱਖ ਪਹਿਲ ਦੇ ਆਧਾਰ 'ਤੇ ਮੂਹਰੇ ਹੋ ਕੇ ਕੰਮ ਕਰਦੇ ਨੇ, ਚਾਹੇ ਉਹ ਆਜ਼ਾਦੀ ਦੇ ਟਾਈਮ ਹੋਵੇ, ਚਾਹੇ ਬਾਰਡਰਾਂ 'ਤੇ ਲੜਾਈ ਦਾ ਟਾਈਮ ਹੋਵੇ, ਪਰ ਸਿੱਖ ਜਿਹੜੀ ਕੌਮ ਹੈ ਉਹ ਹਮੇਸ਼ਾ ਦੇਸ਼ ਲਈ ਮੂਹਰੇ ਹੋ ਕੇ ਲੜਦੀ ਹੈ। ਪਰ ਜਦੋਂ ਜਿੱਥੇ ਸਿੱਖਾਂ ਦੇ ਲਈ ਕੋਈ ਗੱਲ ਕਰਨੀ ਹੁੰਦੀ ਹੈ ਤਾਂ ਇਹ ਸਰਕਾਰਾਂ ਸਿੱਖਾਂ ਨੂੰ ਬਿਲਕੁਲ ਅਣਗੌਲਿਆ ਕਰਦੀਆਂ ਨੇ ਔਰ ਉਹਨਾਂ 'ਤੇ ਤਸ਼ੱਦਦ ਢਾਉਂਦੀਆਂ ਨੇ। ਮੈਂ ਇਹਨਾਂ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੋ, ਹਮੇਸ਼ਾ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ, ਦੇਸ਼ ਨੂੰ ਆਜ਼ਾਦ ਕਰਾਉਣ ਲਈ ਦਿੱਤੀਆਂ, ਮੁਗਲਾਂ ਤੋਂ ਜਿਹੜਾ ਛੁਟਕਾਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਪਰਿਵਾਰ ਵਾਰ ਕੇ ਜਿਹੜਾ ਉਹ ਕਰਵਾਇਆ, ਉਹਨਾਂ ਨੇ ਹਰ ਇੱਕ ਕੌਮ ਦੀ ਬਾਂਹ ਫੜੀ। ਪਰ ਅੱਜ ਜੇ ਦੇਖਿਆ ਜਾਵੇ ਤਾਂ ਸਿੱਖਾਂ ਨਾਲ ਇੰਨਾ ਤਸ਼ੱਦਦ ਹੋ ਰਿਹਾ ਜਿਹੜਾ ਕਿ ਬਹੁਤ ਨਿੰਦਣਯੋਗ ਹੈ। ਮੈਂ ਇਹਨਾਂ ਸਰਕਾਰਾਂ ਨੂੰ ਇਹ ਬੇਨਤੀ ਕਰਦਾ ਕਿ ਸਿੱਖਾਂ ਦੇ ਨਾਲ ਹਮੇਸ਼ਾ ਨਿਆਂ ਕਰੋ ਤਾਂ ਕਿ ਸਿੱਖ ਬੜੇ ਖੁੱਲ੍ਹ ਦਿੱਲੀ ਦੇ ਨਾਲ ਦੇਸ਼ ਦੀ ਸੇਵਾ ਕਰ ਸਕਣ। ਬਹੁਤ ਬਹੁਤ ਧੰਨਵਾਦ ਈਸ਼ਨ ਪ੍ਰਧਾਨ ਸਾਹਿਬ। ਸਾਡੇ ਇਸ ਵਕਤ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਭਗਵੰਤ ਸਿੰਘ ਧੰਗੇੜਾ ਜੀ ਵੀ ਮੌਜੂਦ ਨੇ, ਉਹਨਾਂ ਤੋਂ
जाना कि किस तरह का सहयोग है जरा संगत के वालों इस दस्तखती मुहिम के लिए किया जा रहा है। मैनेजर साहब वाहेगुरू जी का खालसा वाहेगुरू जी का खालसा वाहेगुरू जी की फतेह जी। ये दस्तखती मुहिम जी शुरू की गई है किस तरीके का जरा सहयोग है संगत इस मौके कर रही है? जी दस्तखती मुहिम बंदी सिंह की रिहाई ली जिथे 1 दसंबर ये शुरू की गई सी आनंदपुर साहब तो अमृतसर साहब साढ़े बहुत ही सत्कार जो एडवोकेट हरजिंदर सिंह जी धामी प्रधान श्रोमणी गुरुद्वारा प्रबंधक कमेटी जी वालों उतों ये दस्तखती मुहिम बंदी सिंह की रिहाई शुरू की गई सी। गुरद्वारा फतेहगढ़ साहब विखे साढ़े बहुत ही सत्कारयोग जयदर अवतार सिंह जी रहा जूनियर मीत प्रधान श्रोमणी गुरुद्वारा प्रबंधक कमेटी वालों ये दस्तखती मुहिम 1 दसंबर इतने शुरू की गई। उस दिन तो लैके अज तक जिहड़ी संगतां दा उत्साह है दस्तखती मुहिम दे विच उह पूरा दिखाया जा रहा जिथे संगतां जिवें हुण शहीदी पंद्रवाड़ा चल रहा जिते गुरद्वारा फतेहगढ़ साहब विखे श्री दरबार साहब विखे नतमस्तक होने लई संगत आ रही आ उत्थे नतमस्तक तो होने तो बाद संगतां दस्तखती मुहिम जिहड़ा साडा एक काउंटर लगाया हुआ उत्थे उह दस्तखती मुहिम भर के इह सरकार नूं दिखाउणा चाहुंदियां ने श्रोमणी गुरद्वारा प्रबंधक कमेटी वल्लों बंदी सिंघां दी रिहाई लई पिछले समें दौरान वख-वख तरीके नाल अपना रोस दर्ज कराया भावें वह धरने दे के भावें वह काले कपड़े पा के भावें कालियां दस्तारा बन के पर अन्नी बोली सरकार जिहड़ी सेंटर की सरकार आ सिखां लई होर कानून रखदी आ आम लोगों लई होर कानून रखदी आ उह सेंटर की सरकार नूं दिखाउण वास्ते जो साडे श्रोमणी गुरद्वारा प्रबंधक कमेटी वल्लों ये बंदी सिंघां दी रिहाई लई दस्तखती मुहिम शुरू की गई आ इहदे विच संगतां वध चढ़ के हिस्सा लै रही ने जी। प्रधान साहब इन्होंने जिक्र किया भी वो जी दस्तखती मुहिम है वो बंदी सिंघां की रिहाई के लिए शुरू की गई है ये परफॉर्मे पाए जा रहे हैं इस तो बाद अगे की रूपरेखा किस तरीके श्रोमणी गुरुद्वारा प्रबंधक कमेटी वालों लिखी गई है? यह जदों दस्तखती मुहिम यह पंजाब दे विच भी हिंदुस्तान के भारत के प्रधानमंत्री तक यह पहुँचाई जाऊगी अगर उस तो बाद इन्होंने ना यह गोलिया सिखा जोड़े बंदी सिंह ने उन्होंने ना रिहा किया तो श्रोमणी गुरुद्वारा प्रबंधक कमेटी साढ़े मानयोग प्रधान साहब सरदार हरजिंदर सिंह जी धामी साहब वो अगली जी रूपरेखा लिखणगे तो वो संगतों के दसिया जाऊगा और उस हिसाब नाल कम किया बहुत बहुत धन्यवाद। वाकई बंदी सिंह जोड़े 30-35 साल तो जेलों के अज सभा के मौके पर संगत नतमस्तक हो रही है ਤੁਹਾਨੂੰ ਅਸੀਂ ਦਿਖਾਉਣਾ ਚਾਹਾਂਗੇ ਜਦੋਂ ਹੀ ਅਸੀਂ ਮੇਨ ਐਂਟਰੈਂਸ ਹੈ ਜਿਹੜੀ ਉੱਥੋਂ ਫਤਿਹਗੜ੍ਹ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿਖੇ ਐਂਟਰ ਹੁੰਦੇ ਹਾਂ ਤਾਂ ਉੱਥੇ ਹੀ ਐਂਟਰ ਹੁੰਦਿਆਂ ਹੀ ਸਾਡੇ ਸੱਜੇ ਹੱਥ ਹੈ ਜਿਹੜਾ ਉਹ ਇਹ ਕਾਊਂਟਰ ਹੈ ਜਿਹੜਾ ਦਸਤਕਰੀ ਮੁਹਿੰਮ ਦਾ ਉਹ ਲਗਾਇਆ ਗਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਕਾਇਦਾ ਤੌਰ 'ਤੇ ਮੁਲਾਜ਼ਮ ਨੇ ਜਿਹੜੇ ਉਹ ਬੈਠੇ ਨੇ ਉਹ ਦਸਤਕਰੀ ਮੁਹਿੰਮ ਦੇ ਵਿੱਚ ਹਰ ਤਰੀਕੇ ਦਾ ਸਹਿਯੋਗ ਹੈ ਜਿਹੜਾ ਕਰ ਰਹੇ ਨੇ। ਬਕਾਇਦਾ ਤੌਰ 'ਤੇ ਗਾਈਡ ਕੀਤਾ ਜਾਂਦਾ ਹੈ ਕਿ ਕਿਸ ਤਰੀਕੇ ਫਾਰਮ ਹੈ ਜਿਹੜੇ ਭਰਨੇ। ਤੁਸੀਂ ਦੇਖ ਵੀ ਸਕਦੇ ਹੋ ਕਿ ਸੰਗਤ ਹੈ ਜਿਹੜੀ ਇਸ ਮੌਕੇ ਉਹ ਦਸਤਕਰੀ ਮੁਹਿੰਮ ਦੇ ਵਿੱਚ ਸਹਿਯੋਗ ਕਰਦਿਆਂ ਪਰਫੋਰਮ ਹੈ ਜਿਹੜੇ ਉਹ ਭਰ ਰਹੀ ਹੈ। ਇੱਥੇ ਸਾਨੂੰ ਮੁਲਾਜ਼ਮ ਵੀ ਮੌਜੂਦ ਨੇ ਜਿਹੜੇ ਇਸ ਮੁਹਿੰਮ ਦੇ ਵਿੱਚ ਅੱਗੇ ਹੋ ਕੇ ਪਰਫੋਰਮੇ ਭਰਾ ਰਹੇ ਨੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਕਿੰਨੇ ਕੁ ਫਾਰਮ ਨੇ ਜਿਹੜੇ ਪ੍ਰਤੀ ਦਿਨ ਭਰੇ ਜਾ ਰਹੇ ਨੇ ਸਵਾ ਦੇ ਮੌਕੇ ਤੇ? ਵੀਰ ਜੀ ਲਾਈਨ ਨਹੀਂ ਟੁੱਟ ਰਹੀ, ਸਵੇਰ ਤੇ ਆ ਕੇ ਬੈਠ ਜਾਂਦੇ ਆ, 6 ਵਜੇ ਤੱਕ ਸਾਡੀ ਡਿਊਟੀ ਆ, ਯਾਨੀ ਲਗਾਤਾਰ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਭਰਨ ਦਾ। ਤਾਂ ਵਾਕਈ ਅਸੀਂ ਦੇਖ ਵੀ ਸਕਦੇ ਹਾਂ ਕਿ ਵੱਡੀ ਗਿਣਤੀ 'ਚ ਸੰਗਤ ਹੈ ਜਿਹੜੀ ਉਹ ਇੱਥੇ ਪਰਫੋਰਮੇ ਭਰ ਰਹੀ ਹੈ। ਆਪਾਂ ਉਹਨਾਂ ਦੇ ਨਾਲ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਪਰਫੋਰਮਾ ਭਰ ਰਹੇ ਹੋ ਉਹਨਾਂ ਬੰਦੀ ਸਿੰਘਾਂ ਦੇ ਲਈ ਜਿਨ੍ਹਾਂ ਨੇ ਸਿੱਖ ਨੌਜਵਾਨੀ ਦੇ ਲਈ ਸਿੱਖਾਂ ਦੇ ਲਈ ਅੱਗੇ ਹੋ ਕੇ ਜਿਹੜਾ ਉਹ ਸੰਘਰਸ਼ ਸੀ ਉਹ ਕੀਤਾ ਸੀ। ਕਿਸ ਤਰ੍ਹਾਂ ਦੇਖਦੇ ਹੋ ਜਦੋਂ ਆਪਾਂ ਭਾਰਤੀ ਹਕੂਮਤ ਦੀ ਗੱਲ ਕਰਦੇ ਹਾਂ, ਇੱਕ ਤਰੀਕੇ ਕਾਨੂੰਨ ਦੇ ਦੋਹਰੇ ਮਾਪਦੰਡਾਂ ਦੀ ਗੱਲ ਕਰਦੇ ਹਾਂ, ਕਿਸ ਤਰੀਕੇ ਦਾ ਨਿਆਂ ਹੈ ਜਿਹੜਾ ਉਹ ਸਿੱਖਾਂ ਦੇ ਨਾਲ ਕੀਤਾ ਜਾਂਦਾ? ਸਿੱਖਾਂ ਦੇ ਨਾਲ ਕੋਈ ਨਿਆਂ ਨਹੀਂ ਹੈਗਾ ਜੀ, ਇਹ ਗਲਤ ਹੈ ਬਹੁਤ, ਕਿਉਂਕਿ ਜਿਹੜੇ ਹੁਣ ਆਪਣਾ ਰਾਜੀਵ ਗਾਂਧੀ ਦੇ ਮਤਲਬ ਕਤਲ ਸੀ ਉਹ ਛੱਡੇ ਗਏ, ਹੁਣ ਸਾਡੇ ਸਿੱਖਾਂ ਦੀ ਮਤਲਬ ਪੂਰੀ ਸਾਰਾ ਕੁਛ ਹੋ ਗਿਆ, ਮਤਲਬ ਕੈਦ ਪੂਰੀ ਹੋ ਗਈ ਅਤੇ ਉਹਨਾਂ ਦਾ ਉਮਰ ਜਾ ਰਿਹਾ, ਮਤਲਬ ਕਿਉਂ ਨਹੀਂ ਛੱਡਦੇ ਹੈਗੇ ਜੀ? ਤਾਂ ਇਸ ਕਰਕੇ ਮਤਲਬ ਛੱਡਣੇ ਜ਼ਰੂਰੀ ਹੈ ਜੀ। ਮਾਤਾ ਜੀ ਤੁਸੀਂ ਹੁਣੇ ਗੱਲ ਕਰ ਰਹੇ ਸੀ ਕਿ ਬਲਾਤਕਾਰੀ ਬਾਬੇ ਛੱਡਤੇ, ਇੱਕ ਪਾਸੇ ਸਾਡੇ ਬੰਦੀ ਸਿੰਘ ਨੇ ਜਿਹੜੇ 30-35 ਸਾਲ ਤੋਂ ਜੇਲ੍ਹਾਂ 'ਚ ਨੇ ਅਤੇ ਦੂਜੇ ਪਾਸੇ ਪੈਰੋਲਾਂ ਮਿਲ ਰਹੀਆਂ ਨੇ ਵੱਡੇ ਪੱਧਰ 'ਤੇ, ਕੀ ਕਹਿਣਾ ਚਾਹੁੰਦੇ? ਅਸੀਂ ਕਹਿਣਾ ਉਹਨਾਂ ਨੂੰ ਨਹੀਂ ਮਿਲਣੀ ਚਾਹੀਦੀ ਬਲਾਤਕਾਰੀ ਬਾਬੇ, ਉਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਹੈ ਔਰ ਉਹਨਾਂ ਨੇ ਮਤਲਬ ਕਿ ਬੜਾ ਦੁਨੀਆਂ ਨਾਲ ਧੋਖਾ ਕੀਤਾ ਵਾ। ਜਿਹੜੇ ਸਾਡੇ ਬੰਦੀ ਸਿੰਘ ਇਹ ਆਪਣੀ ਕੌਮ ਸਿੱਖ ਵਾਸਤੇ ਲੜਦੇ ਆ, ਇਹਨਾਂ ਨੂੰ ਰਿਹਾ ਹੋਣਾ ਚਾਹੀਦਾ ਵਾ, ਅਸੀਂ ਇਹਨਾਂ ਦੇ ਪੱਖ 'ਚ ਹਾਂ।
अज ये दस्तखत मुहिम है जी श्रोमणी गुरुद्वारा प्रबंधक कमेटी वालों शुरू की गई है, किस तरीके देखते हो परफॉर्मे भरा के राष्ट्रपति तक भेजे जाएंगे? हाँ जी जरूर भेजे जाएंगे, अस सपोर्ट करते हैं। संगत नूं असीं यही कहना चाहते हैं भी तुसीं वध तों वध सपोर्ट करो बंदी सिंघां लई, इन्हां दी रिहाई लई वध तों वध सपोर्ट करो तुसीं। हाँ जी हाँ जी, तां तुसीं देखिआ हर एक को जिहड़ा इंसाफ पसंद व्यक्ति है चाहे वह कोई भी होवे वह इस श्रोमणी गुरुद्वारा प्रबंधक कमेटी वालों शुरू की गई मुहिम का सहयोग कर रहा है। इतने तुहानूं असीं यह भी दस दईए कि तुसीं ऑनलाइन भी परफॉर्मे है जिहड़े वो श्रोमणी गुरुद्वारा प्रबंधक कमेटी की ऑफिशियल वैबसाइट है जी उस पर जाके भर सकते हो, जो भी तुम वो वैबसाइट खोलोगे तो तुहाडे सामने सब तो पहला उही कोड है जो खुलेगा तो तुम उस पर क्लिक करके अपना सहयोग है जो बंदी सिंघां की रिहाई के लिए दे सकते हो। तो इस तो इलावा जेडे साढ़े तख्त साहबान ने जां वख-वख इतिहासक गुरुद्वारा साहबान ने पिंड पद्धर से भी ये मुहिम लेके जाई जाएगी, उस दे विच भी तुसीं सहयोग करो ताकि साढ़े बंदी सिंह ने जेडे वो जल्द तो जल्द रिहा हो सकन। तो अज जो सभा के मौके पर संगत पहुँच रही है, असं उन्होंने विशेष तौर पर अपील करांगे कि आओ बंदी सिंघां की रिहाई के लिए आप संघर्ष करिए, क्योंकि साढ़े बाबियां दे जिन्हां दे शहीदी दिहाड़ी मनाउण दे लई अज असीं इत्थे एकत्र हो रहे हैं फतेहगढ़ साहिब की धरती से, उन्होंने अन्याय के खिलाफ आवाज़ बुलंद की सी ते अज सानू भी आवाज़ बुलंद करनी चाहिए है। वाहिगुरू जी का खालसा वाहिगुरू जी की फतेह।